ਜ਼ਿਲ੍ਹਾ ਗੁਰਦਾਸਪੁਰ 'ਚ ਬੀਤੀ ਦੇਰ ਰਾਤ ਪਿੰਡ ਤਲਵੰਡੀ ਰਾਮਾ ਵਿਖੇ ਇੱਕ ਨਿੱਜੀ ਹਸਪਤਾਲ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਹਸਪਤਾਲ ਦੇ ਮਾਲਕ ਅਤੇ ਮੌਜੂਦਾ ਸਰਪੰਚ ਡਾਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ 8 ਵਜੇ ਛੁੱਟੀ ਕਰਕੇ ਵਾਪਸ ਆਪਣੇ ਪਿੰਡ ਪੱਖੋ ਕੇ ਆਪਣੇ ਘਰ ਪਹੁੰਚਿਆ ਤਾਂ 9 ਵਜੇ ਦੇ ਕਰੀਬ ਹਸਪਤਾਲ 'ਚ ਮੌਜੂਦ ਮੁਲਾਜ਼ਮ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਗੋਲੀ ਚੱਲੀ ਹੈ। ਉਹਨਾਂ ਦੱਸਿਆ ਕਿ ਇਸ ਵਾਰਦਾਤ ਬਾਰੇ ਉਹਨਾਂ ਤੁਰੰਤ ਹੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕਰ ਦਿੱਤਾ। ਉਹਨਾਂ ਦੱਸਿਆ ਕਿ ਇਸ ਵਾਰਦਾਤ ਤੋਂ ਕੁਝ ਦਿਨ ਪਹਿਲਾਂ 1 ਜੁਲਾਈ ਨੂੰ ਉਸ ਨੂੰ ਵਟਸਐਪ ਕਾਲ ਰਾਹੀਂ ਤੂਫਾਨ ਨਾਮਕ ਦੇ ਗੈਂਗਸਟਰ ਦਾ ਫੋਨ ਆਇਆ ਸੀ ਅਤੇ 5 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਵੱਡਾ ਨੁਕਸਾਨ ਕਰਨ ਦੀ ਵੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਵਟਸਐਪ ਰਾਹੀਂ ਮੈਸੇਜ ਭੇਜਿਆ ਕਿ ਇਸ ਦਾ ਟ੍ਰੇਲਰ ਜਲਦ ਹੀ ਦਿਖਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ SSP ਬਟਾਲਾ ਨੂੰ ਪਹਿਲਾਂ ਹੀ ਦਰਖਾਸਤ ਵੀ ਦਿੱਤੀ ਗਈ ਹੈ। ਪਲਵਿੰਦਰ ਸਿੰਘ, ਮੌਜੂਦਾ ਸਰਪੰਚ ਪਿੰਡ ਪੱਖੋ ਕੇ, ਮੈਂ ਮਾਰਦਾ ਤਲਵੰਡੀ ਰਾਮਾ ਤੋਂ 20 ਸਾਲ ਤੋਂ ਆਪਣਾ ਹੌਸਪੀਟਲ ਤਿਆਰ ਚਲਾ ਰਿਹਾ। ਇੱਥੇ ਪਹਿਲਾਂ ਮੈਨੂੰ 1 ਤਰੀਕ ਤੋਂ ਮੈਸੇਜ ਆਇਆ ਕਿ ਤੁਸੀਂ ਕੌਣ ਬੋਲਦੇ ਹੋ। ਮੈਂ ਕਿਹਾ ਕਿ ਮੈਂ ਬਲਵਿੰਦਰ ਸਿੰਘ ਬੋਲਦਾ। ਕਹਿੰਦੇ ਕਿ ਤੁਸੀਂ ਸਰਪੰਚ ਬੋਲਦੇ ਹੋ? ਮੈਂ ਕਿਹਾ ਹਾਂ। ਤੁਹਾਡਾ ਤਲਵੰਡੀ ਰਾਮਾ ਹੌਸਪੀਟਲ ਹੈ? ਮੈਂ ਕਿਹਾ ਹਾਂ। ਮੈਂ ਤੂਫਾਨ ਬੋਲਦਾ। ਮੈਂ ਕਿਹਾ ਕਿੱਥੋਂ? ਅਖੇ ਜੇਲ੍ਹ ਦੇ ਵਿੱਚੋਂ। ਮੈਂ ਕਿਹਾ ਦੱਸੋ ਅਖੇ ਮੈਨੂੰ 5 ਰੁਪਇਆ ਦਿਓ, ਨੇ ਬੱਚੇ ਚੁੱਕੇ ਜਾਣਗੇ ਅਤੇ ਤੁਹਾਡਾ ਬਹੁਤ ਮਾੜਾ ਹਾਲ ਹੋਏਗਾ। ਮੈਂ ਫੋਨ ਬੰਦ ਕਰਤਾ। 1 ਤਰੀਕ ਨੂੰ ਇਹ ਕੋਈ ਫੋਨ ਮੈਨੂੰ ਇਹਨਾਂ 12 ਵਾਰੀ ਕੀਤਾ। ਉਸ ਦਿਨ ਅਸੀਂ SSP ਸਾਹਿਬ ਨੂੰ ਮਿਲ ਗਏ ਅਤੇ SSP ਸਾਹਿਬ ਉੱਠ ਪਏ ਸੀ, ਲੇਟ ਹੋ ਗਏ ਸੀ। ਬਾਅਦ 'ਚ SHO ਸਾਹਿਬ ਡੇਰਾ ਬਾਬਾ ਨਾਨਕ ਨੂੰ ਮਿਲੇ ਆ, ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਆ। ਅਗਲੇ ਦਿਨ ਫਿਰ ਸ਼ਨੀਵਾਰ 2 ਤਰੀਕ ਨੂੰ 2 ਵਾਰੀ ਫੋਨ ਫਿਰ ਆਇਆ। ਫਿਰ ਇਹਨਾਂ ਨੇ ਮੈਸੇਜ ਪਾਇਆ ਕਿ ਹੁਣ ਤੈਨੂੰ ਫੋਨ, ਅਸੀਂ ਤੁਸੀਂ ਫੋਨ ਨਹੀਂ ਚੁੱਕਦੇ, ਤੁਹਾਨੂੰ ਟ੍ਰੇਲਰ ਦਿਖਾ ਕੇ ਫਿਰ ਹੀ ਤਾਂ ਅਸੀਂ ਫੋਨ ਕਰਾਂਗੇ। ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਉਹਨਾਂ ਨੇ, ਉਹਨੂੰ ਤੁਸੀਂ ਪੁੱਛ ਲਿਓ। ਫਿਰ ਮੈਨੂੰ 10 ਤਰੀਕ ਨੂੰ ਰਾਤ 8 ਵਜੇ ਮੈਂ ਇੱਥੋਂ ਗਿਆ ਵਾਂ ਅਤੇ 9 ਵਜੇ ਨਾ ਮੁੰਡੇ ਦਾ ਫੋਨ ਗਿਆ 9:05 'ਤੇ ਕਿ ਭਾਅ ਜੀ ਇੱਥੇ ਕੋਈ ਗੋਲੀ ਚਲਾ ਕੇ ਅਤੇ ਚੱਲ ਗਿਆ। ਅਸੀਂ ਇੱਥੇ ਆ ਕੇ ਜਦੋਂ ਦੇਖਿਆ ਵਾ ਕਿ 3 ਫਾਇਰ ਹੋਏ ਸੀ ਇੱਥੇ, 2 ਫਾਇਰ ਜਿਹੜੇ ਆ ਉਹ ਕੋਈ 100 ਫੁੱਟ ਦੀ ਦੂਰੀ 'ਤੇ ਜਾ ਕੇ ਗਏ ਉਹਨਾਂ ਨੇ। ਅਤੇ ਫਿਰ 10:05 'ਤੇ ਫਿਰ ਦੁਬਾਰਾ ਫੋਨ ਆਇਆ ਕਿ ਹੁਣ ਟ੍ਰੇਲਰ ਵੇਖ ਲਿਆ, ਤੂੰ ਫੋਨ ਨਹੀਂ ਚੁੱਕਦਾ। ਉਦੋਂ ਮੌਕੇ 'ਤੇ SHO ਸਾਹਿਬ ਮੇਰੇ ਲਾਗੇ ਬੈਠੇ ਹੈਗੇ ਜਦੋਂ ਫੋਨ ਆਇਆ ਉਹਨੂੰ। ਅਸੀਂ ਤਾਂ ਇਨਸਾਫ ਹੀ ਚਾਹੁੰਦੇ ਹਾਂ ਕਿ ਇਹ ਦੇਖੋ ਵੀ ਇਹ ਕੌਣ ਹੈ ਜਿਹੜੀ ਇਹ ਗਲਤ ਹਰਕਤ ਕਰ ਰਿਹਾ। ਇਸ ਤੋਂ ਪਹਿਲਾਂ ਵੀ ਕਦੀ ਕੋਈ ਫੋਨ ਆਇਆ ਸੀ? ਹਾਂਜੀ ਆਇਆ ਸੀ ਮੈਨੂੰ 2019, 1 ਨਵੰਬਰ 2019 ਨੂੰ ਪਾਕਿਸਤਾਨ ਤੋਂ ਮੈਸੇਜ ਆਏ ਸੀ। ਉਦੋਂ ਮੌਕੇ 'ਤੇ SSP ਸਾਹਿਬ ਦੇ ਪੇਸ਼ ਹੋਏ ਸੀ ਔਰ ਉਹਨਾਂ ਨੇ DSP ਡੇਰਾ ਬਾਬਾ ਨਾਨਕ ਲਖਵਿੰਦਰਪਾਲ ਸਿੰਘ ਸੀ ਜਿਨ੍ਹਾਂ ਦੀ ਡਿਊਟੀ ਲਾਈ ਸੀ, ਉਹਨਾਂ ਦੀ ਪੜਤਾਲ ਕਰਨ 'ਤੇ ਜਿਹੜਾ ਸੀ ਉਹ ਮੇਰੇ ਪਿੰਡ ਦਾ ਹੀ ਜਿਹੜਾ ਬੰਦਾ ਉਹ ਨਿਕਲਿਆ ਸੀ। ਨਹੀਂ ਮੇਰੀ ਕੋਈ ਨਹੀਂ ਹੈਗੀ। ਹੋਸਪਿਟਲ ਦਾ ਚਲੋ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ। 3 ਫਾਇਰ ਕੀਤੇ ਆ। ਹਾਂਜੀ ਪੁਲਿਸ ਦੇ ਕੋਲ ਆ, ਉਹਨਾਂ ਦੇ ਮੌਕੇ 'ਤੇ ਲੱਭੇ। ਕੋਈ ਘਰ 'ਤੇ ਨਹੀਂ ਕੋਈ ਗੱਲਬਾਤ ਹੋਈ? ਨਹੀਂ। ਮੌਕੇ 'ਤੇ ਕੌਣ ਆਇਆ ਸੀ? ਮੌਕੇ 'ਤੇ ASI ਸਾਹਿਬ ਚੌਂਕੀ ਇੰਚਾਰਜ ਮਾਲੇਵਾਲ ਅਤੇ SHO ਸਾਹਿਬ ਡੇਰਾ ਬਾਬਾ ਨਾਨਕ। ਉੱਧਰ ਇਸ ਮਾਮਲੇ ਸੰਬੰਧੀ SHO ਡੇਰਾ ਬਾਬਾ ਨਾਨਕ ਜਸਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕੱਲ ਜਿਹੜੀ ਵਾਰਦਾਤ ਹੋਈ ਹੈ 9:05 ਉੱਤੇ ਸਾਹਿਬ ਪਲਵਿੰਦਰ ਸਿੰਘ ਪੁੱਤਰ ਸਾਰ ਅਮਰ ਸਿੰਘ ਨੇ, ਇਹ ਸਰਪੰਚ ਨੇ ਪਿੰਡ ਪੱਖੋ ਕੇ ਮਹਿਮਾਰਾਂ ਦੇ, ਇਹਨਾਂ ਦਾ ਹੋਸਪਿਟਲ ਆ ਤਲਵੰਡੀ ਦੇ ਉੱਤੇ। ਉੱਥੇ ਇਹਨਾਂ ਦੇ ਹੋਸਪਿਟਲ ਦੇ ਮੇਨ ਗੇਟ 'ਤੇ ਸ਼ੀਸ਼ਿਆਂ ਵਿੱਚ ਕਿਸੇ ਅਣਪਛਾਤਿਆਂ ਨੇ 3 ਰਾਊਂਡ ਪੈਰ ਕੀਤੇ। ਉਹਦੇ ਉੱਤੇ ਮੁਕੱਦਮਾ ਨੰਬਰ 81 MT 11/7/2022 ਜੁਰਮ 387/307/34 IPC 25/53/68 R ਮੁਕੱਦਮਾ ਥਾਣੇ ਡੇਰਾ ਬਾਬਾ ਨਾਨਕ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਜਿਹੜੇ ਆ 2 ਅਣਪਛਾਤੇ ਵਿਅਕਤੀ ਆ ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। ਹਾਂ, ਇਸ ਸੰਬੰਧੀ ਤਫਤੀਸ਼ ਚੱਲ ਰਹੀ ਹੈ ਜੀ। ਜਲਦੀ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਟਰੇਸ ਕਰਕੇ, ਅਣਪਛਾਤੇ ਦੋਸ਼ੀ ਨੇ, ਜਲਦੀ ਹੀ ਟਰੇਸ ਕਰਕੇ ਇਹਨਾਂ ਨੂੰ ਇਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਪਿੱਛੇ ਬੰਦ ਕਰਾਇਆ ਜਾਵੇਗਾ।